ਖਬਰ ਇਦਾਹ ਹੁੰਦੀ ਹੈ ਜੀ ਇਹ ਜਿਹੜਾ ਜਹਾਜ਼ ਲਾਉਂਦੇ ਹੈਗੇ ਛੱਡਾਂ ਜਾਂਦੇ ਵਿੱਚ ਉੱਥੇ ਛੱਡ ਡਿੱਗ ਪਿਆ ਜੀ ਤੇ ਕਾਫੀ ਬੰਦਿਆਂ ਦਾ ਨੁਕਸਾਨ ਹੋਇਆ ਮੌਤ ਵੀ ਹੋ ਗਈ ਹਰ ਸੁਖ ਸਿੰਘ ਜੀ ਇਹ ਜਹਾਜ਼ ਦੇ ਕੀ ਯੂਜ਼ ਕਰਦੇ ਜੇ ਡਿੱਗ ਪਿਆ ਤਾਂ ਹਾਂਜੀ ਬ੍ਰਾਡਰ ਸਾਹਿਬ ਇਹ ਖਬਰ ਆ ਰਹੀ ਹੈ ਜੀ ਇਦਾਹ ਤੋਂ ਬੋਇਜ਼ੀ 에어ਪੋਰਟ ਤੇ ਉੱਥੇ ਮੰਦਭਾਗੀ ਘਟਨਾ ਵਾਪਰੀ ਹੈ ਇਹ ਜਿਹੜਾ ਹੈਂਗਰ ਇਹਨੂੰ ਕਹਿ ਦਿੰਦੇ ਨੇ ਜਿਹੜਾ ਸ਼ੈੱਡ ਜ ਹੈ ਜਿਹਦੇ ਵਿੱਚ ਜਹਾਜ਼ ਲਾਏ ਹੁੰਦੇ ਨੇ ਇਹਨੂੰ ਹੈਂਗਰ ਕਹਿੰਦੇ ਨੇ ਤੇ ਇਹ ਹੈਂਗਰ ਬਰਾੜ ਸਾਹਿਬ ਬਣ ਰਿਹਾ ਸੀਗਾ ਅੰਡਰ ਕੰਸਟਰਕਸ਼ਨ ਸੀਗਾ ਤੇ ਉੱਥੇ ਕੁਝ ਕੰਮ ਹੀ ਕੰਮ ਕਰ ਰਹੀ ਸੀਗਾ ਐਕਚੁਅਲੀ ਤੇ ਇਹ ਤਕਰੀਬਨ 39000 39000 ਸਕੁਅਰ ਫੀਟ ਲੰਮਾ ਸੀਗਾ ਤੇ ਇਹ ਉਹਦੀ ਕੰਸਟਰਕਸ਼ਨ ਦੌਰਾਨ ਡਿੱਗ ਪਿਆ ਇਹ ਘਟਨਾ ਵੈਨਸਡੇ ਦੀ ਹੈ ਤੇ ਬੋਇਜ਼ੀ ਏਅਰਪੋਰਟ ਦੇ ਉੱਤੇ ਇਹ ਘਟਨਾ ਵਾਪਰੀ ਹੈ ਤੇ ਇਹ ਸ਼ਾਮੀ ਤਕਰੀਬਨ 5:30 ਵਜੇ اچانک ਡਿੱਗ ਪਿਆ ਜਿਦੀ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਨੌ ਲੋਕ ਜ਼ਖਮੀ ਹੋ ਗਏ ਇਹ ਸਟੀਲ ਦੇ ਫਰੇਮ ਦਾ ਬਣਿਆ ਹੋਇਆ ਇੱਕ ਹਿਊਜ ਹੈਂਗਰ ਸੀਗਾ ਜਿਹਦੇ ਉੱਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਸਟੀਲ ਲੱਗੀ ਹੋਈ ਸੀਗੀ ਤੇ ਸਾਈਟ ਦੇ ਨਾਲ ਸਬੰਧਤ ਬੰਦੇ ਹੀ ਇਹਦੇ ਵਿੱਚ ਜ਼ਖਮੀ ਹੋਏ ਨੇ ਜਿਹੜੇ ਨੌ ਦੇ ਨੌ ਜ਼ਖਮੀ ਹੋਏ ਨੇ ਤੇ ਤਿੰਨਾਂ ਦੀ ਜਿਨ੍ਹਾਂ ਦੀ ਡੈਥ ਹੋਈ ਉਹ ਵੀ ਸਾਈਟ ਦੇ ਉੱਤੇ ਕੰਮ ਕਰਨ ਵਾਲੇ ਕਾਮੇ ਸੀਗੇ ਤੇ ਉਹਨਾਂ ਦੇ ਜਿਹੜੇ ਨੌ ਜ਼ਖਮੀ ਨੇ ਬਰਾੜ ਸਭ ਉਹਨਾਂ ਵਿੱਚੋਂ ਪੰਜ ਦੀ ਹਾਲਤ ਬਹੁਤ ਕ੍ਰਿਟੀਕਲ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਹਸਪੀਟਲਾਈਜ਼ ਕਰਵਾਇਆ ਗਿਆ ਹੈ ਇੱਕ ਕਲਾਈਸਪ ਕਿਉਂ ਹੋਇਆ ਕਿੰਨਾ ਕਾਰਨਾਂ ਕਰਕੇ ਹੋਇਆ ਇਹਦੀ ਜਾਂਚ ਪੜਤਾਲ ਅਜੇ ਜਾਰੀ ਹੈ ਤੇ 에어ਪੋਰਟ ਦੇ ਉੱਤੇ ਜਿਹੜੇ ਬਾਕੀ ਆਪਰੇਸ਼ਨ ਸੀਗੇ ਉਹਨਾਂ ਦੇ ਉੱਤੇ ਇਹਦਾ ਕੋਈ ਅਸਰ ਨਹੀਂ ਪਿਆ ਸਾਰਾ 에어ਪੋਰਟ ਐਸ ਇਟ ਇਜ਼ ਕੰਮ ਕਰਦਾ ਰਿਹਾ ਫਲਾਈਟਸ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਇਹ ਹੈਂਗਰ ਮਿਡਲ ਦੇ ਵਿੱਚੋਂ ਢਹਿ ਢੇਰੀ ਹੋ ਗਿਆ ਹੋ ਗਿਆ ਇਹਦੀਆਂ ਸਾਈਡ ਵਾਲਸ ਸੀਗੀਆਂ ਜਿਹੜੀਆਂ ਉਵੇਂ ਹੀ ਖੜੀਆਂ ਰਹੀਆਂ ਕੁਝ ਵਿਕਟਮ ਉਸ ਵੇਲੇ ਹਵਾ ਦੇ ਵਿੱਚ ਲਟਕ ਰਹੇ ਸੀਗੇ ਕੰਮ ਕਰਨ ਦੇ ਲਈ ਕਿਉਂਕਿ ਉਹਨਾਂ ਨੇ ਕੁਝ ਪਾਈਆਂ ਹੁੰਦੀਆਂ ਉਹ ਜੀਆਂ ਚੀਜ਼ਾਂ ਉਹਨਾਂ ਦੀ ਤੁਸੀਂ ਕਹ ਲਓ ਕਿ ਸੇਫਟੀ ਸੀਗੀ ਕਿ ਨਹੀਂ ਸੀਗੀ ਇਹ ਵੀ ਅਜੇ ਅੰਡਰ ਕੰਸਟਰਕਸ਼ਨ ਹੈ ਤੇ ਕੁਝ ਐਲੀਵੇਟਡ ਪਲੇਟਫਾਰਮ ਤੇ ਉਸ ਵੇਲੇ ਕੰਮ ਕਰ ਰਹੇ ਸੀਗੇ ਜੀ ਬ੍ਰਾਡਸਰ